सड़की हादसों का गढ़ बन चुका है गढ़शंकर तो नंगल रोड। सड़क हादसों का गढ़ बनया होया गढ़शंकर नंगल रोड की सड़क सरकार की अणदेखी कारण करके कीमती जाना निकल रही है। यह सड़क पंजाब अते हिमाचल नू आपस नाल जोड़न दी नाल नाल धार्मिक स्थानों नू भी जांदी है। इस सड़क नू लैके भावें वक्ख वक्ख सियासी पार्टियां ने नुमाइंदियां ने सिर्फ राजनीति ही कीती है पर ਧੇਲੇ ਦਾ ਕੰਮ ਨਹੀਂ ਕੀਤਾ। ਗੜਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਬਣਾਉਣ ਲਈ ਕਈ ਕੰਢੀ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ। ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦ ਸੜਕ ਦਾ ਕੰਮ ਸ਼ੁਰੂ ਕਰਵਾਉਣ ਦਾ ਸਿਰਫ ਆਸ਼ਵਾਸਨ ਹੀ ਦਿੱਤਾ। ਗੜਸ਼ੰਕਰ ਨੰਗਲ ਰੋਡ ਸੜਕ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਦਿੱਤੇ ਗਏ ਧਰਨੇ 'ਤੇ ਪਹਿਲਾਂ ਗੜਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਜੈਕ੍ਰਿਸ਼ਨ ਸਿੰਘ ਰੋੜੀ ਨੇ ਪ੍ਰੈਸ ਵਾਰਤਾ ਦੌਰਾਨ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਕਹੀ ਸੀ ਅਤੇ ਵਿਰੋਧੀਆਂ ਪਾਰਟੀਆਂ 'ਤੇ ਸਿਆਸਤ ਕਰਨ ਦਾ ਠਿਕਰਾ ਭੰਨਿਆ ਸੀ। ਪਰ ਅੱਜ ਤੱਕ ਇਸ ਸੜਕ ਦੀ ਸਾਰ ਨਹੀਂ ਲਈ ਗਈ। ਸੜਕ ਦੇ ਕਈ ਥਾਵਾਂ 'ਤੇ ਟੋਇਆਂ ਨੂੰ ਭਰਨ ਲਈ ਪਾਈ ਗਈ ਮਿੱਟੀ ਹਰ ਰੋਜ਼ ਲੋਕਾਂ ਦੀ ਅੱਖਾਂ ਨੂੰ ਭਰ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਲੈ ਕੇ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਸੜਕ ਦਾ ਬਣਾਉਣ ਦਾ ਯਤਨ ਕੀਤੇ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਵਿੱਚ ਪਏ ਟੋਏ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਸੜਕ ਤੋਂ ਵੱਡੇ ਪੱਧਰ 'ਤੇ ਓਵਰਲੋਡ ਟੀਪਰਾਂ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਜੀ ਮੇਰਾ ਨਾਂ ਸੜਕ ਦਾ ਜੀ ਬਹੁਤ ਬੁਰਾ ਹਾਲ ਹੈ। ਹਜ਼ਾਰਾਂ ਹੀ ਟਿੱਪਰ ਟੱਪਦੇ ਇੱਥੋਂ। ਅਸੀਂ MLA ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਜੇ ਕੰਮ ਸੇ ਕੰਮ ਤੁਸੀਂ ਸੜਕ ਬਣਾ ਨਹੀਂ ਸਕਦੇ ਟਿੱਪਰ ਵਾਲਿਆਂ 'ਤੇ ਡਸਟ ਪਵਾ ਦਿਓ, ਕਰੈਕਚਰ ਵਾਲਿਆਂ 'ਤੇ। 1000 ਟਿੱਪਰ ਟੱਪਦਾ ਰੋਜ਼ ਦਾ, ਜੀਣਾ ਆਰਾਮ ਕੀਤਾ ਵਾ। ਟਿੱਪਰ ਵਾਲੇ ਦੇਖਦੇ ਵੀ ਨਹੀਂ ਹੈਗੇ, ਅੰਨੀ ਵਾਹ ਚੱਲ ਰਹੇ, ਰੋਜ਼ ਐਕਸੀਡੈਂਟ ਹੋ ਰਹੇ ਇੱਥੇ ਜੀ। ਆਹ ਦੇਖ ਲਓ ਤੁਹਾਡਾ ਯਾਰ ਹੈ ਇੰਨੇ ਤੋਂ ਟਿੱਪਰ ਜੀ। ਮੇਰਾ ਨਾਮ ਸੁਸ਼ਿੰਦਰ ਰਾਣਾ, ਮੇਰਾ ਪਿੰਡ ਮਜਾਰੀ ਆ ਅਤੇ ਸੜਕ ਹੈ ਜਿਹੜੀ ਗੜਸ਼ੰਕਰ ਨੰਗਲ ਰੋਡ ਹੈ, ਇਹਦਾ ਕਾਫੀ ਦੇਰ ਤੋਂ ਬਹੁਤ ਬੁਰਾ ਹਾਲ ਹੈ। ਪਹਿਲਾਂ ਕਾਂਗਰਸ ਟਾਈਮ 'ਚ ਵੀ ਸੜਕ ਨਹੀਂ ਬਣ ਸਕੀ, ਉਹ ਤੋਂ ਬਾਅਦ ਹੁਣ ਵੀ ਮਤਲਬ ਜਿੱਦਾਂ ਕਹਿ ਲਓ ਵੀ ਆਸਾਂ 'ਤੇ ਹੀ ਆ, ਹੁਣ ਬਣੂਗੀ, 15 ਦਿਨ ਨੂੰ ਬਣੂਗੀ, 20 ਦਿਨ ਨੂੰ ਬਣੂਗੀ, ਜਦਕਿ ਇੰਨਾ ਬੁਰਾ ਹਾਲ ਹੈ। ਮੋਟਰਸਾਈਕਲ ਸਾਈਕਲ ਵਾਲਾ ਤਾਂ ਸੇਫ ਨਹੀਂ ਹੈਗਾ, ਅਤੇ ਉਹ ਬਾਕੀ ਦੂਜੀਆਂ ਵੱਡੀਆਂ ਗੱਡੀਆਂ ਉਹ ਤਾਂ ਜਿਵੇਂ ਮਤਲਬ ਪਾਣੀ ਪਿਆ ਤਾਂ ਉਹ ਮਾਰਦੇ, ਛੱਟੇ ਮਾਰਦੇ, ਮਤਲਬ ਬੰਦਾ ਉਹਨੂੰ ਲਿਬੜ ਜਾਂਦਾ, ਨਹਾ ਕੇ ਆਉਂਦਾ ਚਿੱਕੜ ਨਾਲ ਲਿਬੜ ਜਾਂਦਾ। ਅਤੇ ਸਰਕਾਰ ਨੂੰ ਚਾਹੀਦਾ ਜੀ ਇੰਨਾ ਸੜਕ ਬਣਾਉਣ ਦੀ ਸਥਿਤੀ 'ਚ ਨਹੀਂ ਆਇਆ ਤਾਂ ਘੱਟੋ ਘੱਟ ਪੈਚ ਹੀ ਲਾ ਦਿਓ, ਮਤਲਬ ਜਿਹਦੇ ਨਾਲ ਲੋਕਾਂ ਦਾ ਆਉਣਾ ਜਾਣਾ ਤਾਂ ਸੁਖਾਲਾ ਹੋ ਜਾਵੇ। ਭਾਜੀ ਮੇਰਾ ਨਾਮ ਮਸਤਾਨ ਸਿੰਘ ਹੈ ਜੀ, ਮੈਂ ਪਿੰਡ ਦਾ ਲੋਕਲ ਵਾਸੀ ਹਾਂ ਭਾਅ ਜੀ। ਇਹ ਭਾਅ ਜੀ ਆਹ ਨੰਗਲ ਟੂ ਆ ਗੜਸ਼ੰਕਰ ਰੋਡ ਆ ਭਾਅ ਜੀ। ਆਹ ਦੇਖ ਲਓ ਤੁਹਾਡਾ ਸੜਕ ਦਾ ਹਾਲ ਦੇਖ ਲਓ ਕੀ ਹਾਲ ਹੈ। ਪਹਿਲਾਂ ਕਾਂਗਰਸ ਸਰਕਾਰ ਰਹੀ ਉਸ ਵੇਲੇ ਵੀ ਇਹ, ਹੁਣ ਆਮ ਆਦਮੀ ਪਾਰਟੀ ਆਈ ਹੈ, ਹੁਣ ਵੀ ਘੱਟੋ ਘੱਟ ਪੱਚੇ ਲੱਗਣ ਮਾੜੇ ਮੋਟੇ, ਜਿਹੜੇ ਹਾਦਸੇ ਤੋਂ ਹੁਣ ਤੋਂ ਬਚਣ, ਕੋਈ ਕਈ ਵਾਰ ਇੱਥੇ ਐਕਸੀਡੈਂਟ ਵੀ ਹੋਏ ਆ, 2-3 ਸੱਟਾਂ ਸੁੱਟਾਂ ਲੱਗ ਜਾਂਦੀਆਂ ਬੱਚਿਆਂ, ਕੋਈ ਬੱਚਿਆਂ ਵਾਲਾ ਹੁੰਦਾ, ਕੋਈ ਇਕੱਲਾ ਤੁਰਿਆ ਹੁੰਦਾ, ਰਾਤ ਬਾਅਦ ਜਾਂਦਾ ਪਤਾ ਲੱਗਦਾ ਨਹੀਂ ਕੁਛ ਵੀ ਕਿਸੇ ਨੂੰ ਇੱਥੇ ਕੀ ਹੁੰਦਾ ਕੀ ਨਹੀਂ। ਮੋੜਾ ਖੱਡਾ ਚੱਕਦਾ ਖੱਡਾ ਆ ਜਾਂਦਾ ਜੀ, ਬ੍ਰੇਕ ਮਾਰਦਾ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਹੁੰਦਾ ਭਾਅ ਜੀ। ਘੱਟੋ ਘੱਟ ਆਹ ਜਿਹੜੇ ਪਾਚੇ ਟੋਏ ਪਏ ਵੇ, ਘੱਟੋ ਘੱਟ ਅਸੀਂ ਪੂਰ ਦਿਨ ਦੇਖੋ ਹਾਲਤ, ਦੇਖੋ ਘੁਮਾ ਕੇ ਦੇਖ ਲਓ ਹਾਲਤ ਕਿੱਦਾਂ ਦੀ ਸੜਕ ਦੀ ਹਾਲਤ ਬਹੁਤ ਖਰਾਬ ਹੈ ਇੱਥੇ। ਸਰ ਚਲੋ ਜਦ ਤੱਕ ਬਣਦੀ ਜੀ ਘੱਟੋ ਘੱਟ ਰਿਪੇਅਰ ਕਰ ਦੇਣ, ਜਦ ਤੱਕ ਸੜਕ ਦੀ ਰਿਪੇਅਰ ਬਣਦੀ ਨਹੀਂ ਹੈ ਜਦੋਂ ਰਿਪੇਅਰ ਤਾਂ ਹੋ ਸਕਦੀ ਨਾ, ਇਹ ਤਾਂ ਨੋਰਮਲ ਗੱਲ ਹੈ, ਰਿਪੇਅਰ ਤਾਂ ਹੋ ਸਕਦੀ। ਜਿਹੜੀ ਗੜਸ਼ੰਕਰ ਦਾ ਨੰਗਲ ਰੋਡ ਸਾਹ 'ਤੇ ਆਇਆ ਜੀ, 7 ਸਾਲ ਬਣੀ ਹੋ ਗਏ, 7 ਸਾਲ ਘੱਟੋ ਘੱਟ, ਕੋਈ ਸਰਕਾਰਾਂ ਦੇਖਦੀ ਨਹੀਂ ਇਸ ਰੋਡ ਨੂੰ, ਦੇਖਦੇ ਟਿੱਪਰ ਚੱਲਦੇ ਆਵਾ ਕੌਣ ਬਿਨਾਂ ਮਾਤਰ ਤੋਂ। ਆਹ ਚੱਲਿਆ ਰੋਡ ਹੈ ਨੰਗਲ ਤੋਂ ਗੜਸ਼ੰਕਰ ਰੋਡ ਜਾ ਰਿਹਾ, ਇੱਥੇ ਸੜਕ ਦਾ ਹਾਲ ਇੱਥੇ ਕਿੰਨਾ ਮਾੜਾ ਹੈ, ਇਹ ਵੀ ਘੱਟੋ ਘੱਟ 100 ਟਰੱਕ ਜਾਂਦੇ ਇੱਥੇ, ਤਾਂ ਸੜਕ ਦਾ ਬਹੁਤ ਮਾੜਾ ਹੈ। ਅਤੇ ਜੇ ਸੜਕ ਨਹੀਂ ਬਣੀ ਪੈਚੇ ਲਾ ਦਿਓ, ਜੇ ਸੜਕ ਨਹੀਂ ਬਣ ਜਾਂਦੇ ਤਾਂ ਸਰਕਾਰ ਨੂੰ ਘੱਟੋ ਘੱਟ ਵੇਚ ਕੇ ਅਤੇ ਮੱਛੀਆਂ ਛੱਡ ਦੇਣ। ਨਾਂ ਸੋਨੂੰ ਮਹਿਤਾ, ਅਤੇ ਇੱਥੇ ਰੋਡ ਦਾ ਇੰਨਾ ਮਾੜਾ ਹਾਲ ਹੈ ਨਾ, ਇੱਥੇ ਗੱਡੀਆਂ ਰੋਜ਼ ਹਾਦਸੇ ਹੁੰਦੇ ਆ, ਨੰਗਲ ਰੋਡ ਝੁੰਗੀਆਂ ਦਾ ਰੋਡ ਲੱਗਦਾ, ਅਤੇ ਰੋਡ ਸਰਕਾਰ ਕੋਈ ਵੀ ਆਈ ਬਣਾਇਆ ਨਹੀਂ।